ਹਾਂਜੀ ਸਰ ਹਾਂਜੀ ਸਰ ਸਾਹਿਬ ਅੱਜ ਤੁਸੀਂ ਐਸ ਐਸ ਪੀ ਨੂੰ ਮਿਲੇ ਹੋ ਕਿਸ ਨੂੰ ਸੂਚਨਾ ਮਿਲੀ ਹੈ ਅਤੇ ਕੀ ਸ਼ਿਕਾਇਤ ਦਿੱਤੀ ਹੈ ਅਤੇ ਕਿਹਦੇ ਖਿਲਾਫ ਦੇ ਖਿਲਾਫ ਮੈਂ ਕੱਲ੍ਹ ਸਾਢੇ 5 ਵਜੇ ਹੁਸ਼ਿਆਰਪੁਰ ਸੀ ਔਰ ਉੱਥੇ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਕਿ ਨਿਊਜ਼ 18 ਦੇ ਉੱਪਰ ਇੱਕ ਕਲਿੱਪ ਚੱਲ ਰਹੀ ਹੈ ਜਿਹਦੇ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਬਾਬਾ ਨਾਨਕ ਦੀ ਜਿਹੜੀ ਫੋਟੋ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੇਲ ਖੜੀ ਉਹਨੂੰ ਮੈਂ ਬੜਾ ਧਿਆਨ ਨਾਲ ਸੁਣਿਆ ਔਰ 6:30 ਵਜੇ ਮੈਂ ਇਹਨਾਂ ਦਾ ਜਿਹੜੇ ਕੀ ਉੱਥੇ ਕਮਲ ਜੋਤੀ ਜਾਂ ਜੋਤੀ ਕਮਲ ਜਿਹੜਾ ਨਾਂ ਸੀ ਉਹਨੂੰ ਵੈਰੀਫਾਈ ਕੀਤਾ ਕਿ ਤੁਹਾਡੀ ਇਹ ਚੱਲ ਰਹੀ ਹੈ ਔਰ ਤੁਸੀਂ ਇਹਨੂੰ ਇਹ ਗਲਤ ਚਲਾ ਰਹੇ ਹੋ ਇਹਨੂੰ ਵੈਰੀਫਾਈ ਕਰੋ ਕਿ ਕੀ ਕੀ ਰਾਹੁਲ ਜੋਸ਼ੀ ਮੈਨੂੰ ਜਿਹੜਾ ਆਲੀ ਹਾਂਜੀ ਸਰ ਸਾਹਿਬ ਅੱਜ ਤੁਸੀਂ ਐਸ ਐਸ ਪੀ ਨੂੰ ਮਿਲੇ ਹੋ ਕਿਸ ਨੂੰ ਮਿਲੇ ਹੋ ਅਤੇ ਕੀ ਸ਼ਿਕਾਇਤ ਦਿੱਤੀ ਹੈ ਅਤੇ ਕਿਹਦੇ ਖਿਲਾਫ ਦਿੱਤੀ ਹੈ ਮੈਂ ਕੱਲ੍ਹ 5:30 ਵਜੇ ਹੁਸ਼ਿਆਰਪੁਰ ਸੀ ਔਰ ਉੱਥੇ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਕਿ ਨਿਊਜ਼ 18 ਦੇ ਉੱਪਰ ਇੱਕ ਕਲਿੱਪ ਚੱਲ ਰਹੀ ਹੈ ਜਿਹਦੇ 'ਚ ਤੁਸੀਂ ਇਹ ਕਹਿ ਰਹੇ ਹੋ ਕਿ ਬਾਬਾ ਨਾਨਕ ਦੀ ਜਿਹੜੀ ਫੋਟੋ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਲ ਖਾਂਦੀ ਹੈ ਉਹਨੂੰ ਮੈਂ ਬੜਾ ਧਿਆਨ ਨਾਲ ਸੁਣਿਆ ਔਰ 6:30 ਵਜੇ ਮੈਂ ਇਹਨਾਂ ਦਾ ਜਿਹੜੇ ਕੋਈ ਉੱਥੇ ਕਮਲ ਜੋਤੀ ਜਾਂ ਜੋਤੀ ਕਮਲ ਜਿਹੜਾ ਨਾਂ ਸੀ ਉਹਨੂੰ ਟੈਲੀਫੋਨ ਕੀਤਾ ਕਿ ਤੁਹਾਡੀ ਇਹ ਚੱਲ ਰਹੀ ਹੈ ਔਰ ਤੁਸੀਂ ਇਹਨੂੰ ਇਹ ਗਲਤ ਚਲਾ ਰਹੇ ਹੋ ਇਹਨੂੰ ਵੈਰੀਫਾਈ ਕਰੋ ਕਿ ਕੀ ਆ ਕੀ ਆ ਅਤੇ ਅੱਜ ਮੇਰੇ ਜਿਹੜੀ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਉਹ ਹਰਟ ਹੋਏ ਨੇ ਉਹਦੇ 'ਚ ਇਕੱਲੀ ਇਹੀ ਨਹੀਂ ਮੈਨੂੰ ਪੋਲੀਟੀਕਲੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮੈਨੂੰ ਰਿਲੀਜੀਅਸ ਤੌਰ 'ਤੇ ਵੀ ਉਹਦੇ 'ਚ ਇਹਨਾਂ ਨੇ ਬਿਨਾਂ ਕਿਸੇ ਵੈਰੀਫਾਈ ਕੀਤਿਆਂ ਜਿੰਨੇ ਵੀ ਚੈਨਲ ਨੇ ਉਹਨਾਂ ਨੇ ਇਹਨੂੰ ਚਲਾਇਆ ਇਹ ਜਿਹੜਾ ਮੀਡੀਆ ਹੁੰਦਾ ਇਹ ਮੀਡੀਆ ਆਪਾਂ ਜੇ ਕਹਿੰਦੇ ਕਿ ਮੀਡੀਆ ਦੇ ਉੱਤੇ ਕੋਈ ਅਟੈਕ ਹੁੰਦਾ ਤਾਂ ਸਾਰਾ ਮੀਡੀਆ ਇਕੱਠਾ ਹੁੰਦਾ ਅਤੇ ਜੇ ਮੀਡੀਆ ਕਿਸੇ 'ਤੇ ਅਟੈਕ ਕਰੇ ਤਾਂ ਉਹਨੀ ਲਾਇਬਿਲਿਟੀ ਉਹਨਾਂ ਦੀ ਵੀ ਬਣਦੀ ਹੈ ਕਿ ਉਹ ਪਹਿਲਾਂ ਵੈਰੀਫਾਈ ਕਰਨ ਅਤੇ ਉਹਦੇ ਬਾਅਦ ਕਿਸੇ ਮੀਡੀਆ ਵਾਲੇ ਨੇ ਕਿਸੇ ਚੈਨਲ ਨੇ ਮੇਰਾ ਵਰਸ਼ਨ ਨਹੀਂ ਲਿਆ ਔਰ ਇਹਨੂੰ ਇਮੀਡੀਏਟਲੀ ਉਹਨਾਂ ਨੇ ਚਲਾ ਦਿੱਤਾ ਇਹ ਜਿਹੜੀ ਮੈਂ ਐਪਲੀਕੇਸ਼ਨ ਐਸ ਐਸ ਪੀ ਸਾਹਿਬ ਨੂੰ ਦਿੱਤੀ ਆ ਸਾਈਬਰ ਕ੍ਰਾਈਮ ਦੇ ਲਈ ਮੈਂ ਐਪਲੀਕੇਸ਼ਨ ਫਾਰ ਰਜਿਸਟ੍ਰੇਸ਼ਨ ਆਫ ਅ ਕ੍ਰਿਮੀਨਲ ਕੇਸ ਅੰਡਰ ਸੈਕਸ਼ਨ 465, 469, 471, 259, 295 ਇਹ ਜਿਹੜੇ 'ਚ ਰਿਲੀਜੀਅਸ ਸੈਂਟੀਮੈਂਟਸ ਆਰਟ ਕੀਤੇ ਨੇ 500, 120 BIPC ਐਂਡ ਸੈਕਸ਼ਨ 6767A ਇਨਫੋਰਮੇਸ਼ਨ ਟੈਕਨੋਲੋਜੀ ਐਕਟ ਅਗੇਂਸਟ ਰਾਹੁਲ ਜੋਸ਼ੀ ਮੈਨੇਜਿੰਗ ਡਾਇਰੈਕਟਰ ਨਿਊਜ਼ 18 ਗਰੁੱਪ ਫਸਟ ਫਲੋਰ ਇੰਪਾਇਰ ਕੰਪਲੈਕਸ 414 ਸੈਨਾਪਤੀ ਬਾਪਤ ਮਾਰਗ ਲੋਅਰ ਪਰ ਮੁੰਬਈ ਮਹਾਰਾਸ਼ਟਰਾ ਇੰਡੀਆ ਉਹਦਾ ਟੈਲੀਫੋਨ ਨੰਬਰ ਦਿੱਤਾ ਜੋਤੀ ਕਮਲ ਐਡੀਟਰ ਨਿਊਜ਼ 18 ਪੰਜਾਬ ਵਿਜੇਪਾਲ ਸਿੰਘ ਬਰਾੜ DNE ਨਿਊਜ਼ 18 ਪਲੋਟ ਨੰਬਰ 88 ਫੇਜ਼ 2 ਇੰਡਸਟਰੀਅਲ ਏਰੀਆ ਚੰਡੀਗੜ੍ਹ ਐਂਡ ਅਦਰ ਅਨਨੋਨ ਅਕਿਊਜ਼ਡ ਪਰਸਨ ਇਹ ਮੈਂ ਇਹਨਾਂ ਨੂੰ ਦਿੱਤੀ ਹੈ ਕਿ ਇਹਦੀ ਇਨਕੁਆਇਰੀ ਕੀਤੀ ਜਾਏ ਜਿਹੜੀ ਡਾਕਟਰ ਕੀਤੀ ਆ ਜਿਹੜੀ ਐਡਿਟ ਕੀਤੀ ਆ ਇਹ ਵੀਡੀਓ ਅਤੇ ਉਹਦੇ 'ਚ ਉਹ ਮੈਂ ਇਹਨਾਂ ਨੂੰ ਕਿਹਾ ਕਿ ਉਹਦੀ ਕੀਤੀ ਜਾਏ ਤੁਸੀਂ ਉਹਦੇ 'ਚ ਵੇਖਿਆ ਹੋਣਾ ਕਿ ਜਦੋਂ ਉਹ ਇੱਕ ਪੇਪਰ ਦਿਖਾ ਰਹੇ ਨੇ ਜਿਹਦੇ 'ਚ ਇਹ ਨਾਨਕ ਸਾਹਿਬ ਨੇ ਉਹਦੇ 'ਚ ਦੱਤੀ MLA ਖੜ੍ਹੇ ਨੇ ਜੇ ਤਾਂ ਇਹ ਕੋਈ 1.5 ਸਾਲ ਪੁਰਾਣੀ ਆ ਅਤੇ ਉਹਦੇ ਉਹ ਤਾਂ ਮੇਰੇ ਖਿਆਲ ਰੈਲੀਵੈਂਸੀ ਹੈ ਨਹੀਂ ਅਤੇ ਜੇ ਕੋਈ 3-4 ਜਾਂ ਮਹੀਨਾ ਪੁਰਾਣੀ ਆ ਤਾਂ ਉਹਦਾ ਮਤਲਬ ਮੈਂ ਗਰਮੀਆਂ ਵਾਲੇ ਕੱਪੜੇ ਜਾਂ ਉਹ ਨਹੀਂ ਪਾ ਕੇ ਖਲੋ ਸਕਦਾ ਸਰਦੀਆਂ ਸੀਗੀਆਂ ਸਰਦੀਆਂ ਵਾਲੇ ਕੱਪੜੇ ਹੋਣੇ ਚਾਹੀਦੇ ਇਹ ਤਾਂ ਹੁਣ SSP ਜਾਂ ਸਾਈਬਰ ਕ੍ਰਾਈਮ ਵਾਲੇ ਜਿਹੜੇ ਇਹਨੂੰ ਵੈਰੀਫਾਈ ਕਰਨਗੇ ਕਿ ਇਹ ਕਿਸ ਟਾਈਮ ਦੀ ਇਹ ਲਾਈ ਗਈ ਆ ਸਾਹਿਬ ਨਿਊਜ਼ 18 ਦੇ ਖਿਲਾਫ ਹੀ ਕੇਵਲ ਦਿੱਤੀ ਗਈ ਹੈ ਕਿ ਜਾਂ ਮੈਂ ਬਾਕੀ ਵੀ ਡੇਲੀ ਪੋਸਟ ਔਰ PTC ਦੇ ਉੱਤੇ ਇੱਕ ਕੰਪਲੇਂਟ ਜਿਹੜੀ ਇੱਕ ਵੀਡੀਓ ਚੱਲ ਰਹੀ ਹੈ TV ਚੈਨਲ ਉੱਤੇ ਉਹਦੇ ਬਾਰੇ ਇਹਨਾਂ ਕੰਪਲੇਂਟ ਫਾਈਲ ਕੀਤੀ ਹੈ ਵੀ ਐਕਚੁਅਲੀ ਅਸਲੀਅਤ ਤਾਂ ਨਹੀਂ ਹੈਗੀ ਜਿਹੜੀ ਕੰਪਲੇਂਟ ਲੈ ਲਈ ਹੈ ਅਤੇ ਇਹ ਸਟੇਟ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ ਜਾਏਗੀ ਉਹਦੇ ਵਿੱਚ ਸਾਰੀ ਅਸਲੀਅਤ ਸਾਹਮਣੇ ਆ ਜਾਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਵੀਡੀਓ ਬਣੀ ਹੈ ਇਹ ਮਤਲਬ ਠੀਕ ਨਹੀਂ ਇਹਨੂੰ ਕੱਟ ਵੱਟ ਕਰਕੇ ਬਣਾਇਆ ਗਿਆ ਅਤੇ ਜਿਹੜੀ ਸਟੇਟ ਸਾਈਬਰ ਕੈਬ 'ਚ ਕਲੀਅਰ ਹੋ ਜਾਏਗੀ ਸਰ ਕਿਸੇ ਦਾ ਪਰਟੀਕੁਲਰ ਨਾਮ ਲਿਖਿਆ ਗਿਆ ਕੰਪਲੇਂਟ 'ਚ ਕਿਸ ਦੇ ਉੱਪਰ ਜ਼ਿਆਦਾਤਰ ਉਹਨਾਂ ਨੂੰ ਬਾਈਟ ਕਰਦਾ ਪਿਆ ਯਾਰ ਬਾਈਟ ਕਰਦਾ ਪਿਆ ਜਮਨਾਲ ਜੀ ਜੀ ਸਰ ਇਹ TV ਚੈਨਲ ਦੇ ਖਿਲਾਫ ਦਿੱਤੀ ਗਈ ਜਿਹਦੇ 'ਤੇ ਸ਼ੋਰ ਚੱਲ ਰਹੀ ਹੈ
ਬਾਬਾ ਅਗੋਰੀ ਨਾਥ ਭਗਤੀ ਦੀ ਸ਼ਕਤੀ ਹੈ ਮੇਰੇ ਕੋਲ ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀ ਨਾਥ ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ ਪਿਆਰ ਚ ਧੋਖਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਕਾਰੋਬਾਰ ਚ ਘਾਟਾ ਨੌਕਰੀ ਦੀ ਸਮੱਸਿਆ ਜ਼ਿੰਦਗੀ ਦੀ ਏ ਟੂ ਜ਼ੈਡ ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀ ਨਾਥ ਮੋਬਾਈਲ ਨੰਬਰ 9815705376